ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਨਵੀਂ ਕਹਾਣੀ ਕਹਾਣੀ ਹੈ ਜੀ ਮਾਂ ਤੇ ਕਹਾਣੀਕਾਰ ਨੇ ਸ੍ਰਿੰਦਰ ਗੀਤ ਪਹਿਲੀ ਵਾਰੋ ਮੈਨੂੰ ਟ੍ਰਾਂਟੋ ਇੱਕ ਸਮਾਗਮ ਵਿੱਚ ਮੇਰੀ ਸਹੇਲੀ ਪਰਮਦੇ ਨਾਲ ਮਿਲੀ ਸੀ ਉਹ ਮੈਨੂੰ ਬਹੁਤ ਪਿਆਰੀ ਜੀ ਲੱਗੀ ਰੱਬ ਨੇ ਉਹਨੂੰ ਵੇਲੇ ਬਹਿ ਕੇ ਬਣਾਇਆ ਲੱਗਦਾ ਸੀ ਉਹ ਹੱਸਦੀ ਤਾਂ ਹੋਰ ਵੀ ਸੋਹਣੀ ਲੱਗਦੀ ਉਦਾ ਉੱਚਾ ਲੰਮਾ ਕੱਦ ਗੋਰਾ ਰੰਗ ਤਿੱਖੇ ਨੈਣ ਨਕਸ਼ ਗੱਲ ਗੱਲ ਤੇ ਖੜ ਜਾਂਦੀ ਸੀ ਮੈਂ ਮਨ ਵਿੱਚ ਸੋਚਿਆ ਕੁੜੀ ਕਿੰਨੀ ਖੁਸ਼ ਹੈ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਦੇ ਕੋਈ ਦੁੱਖ ਇਸ ਕੋਲ ਆਇਆ ਹੀ ਨਾ ਹੋਵੇ ਬਹੁਤ ਖੁਸ਼ਕਿਸਮਤ ਕੁੜੀ ਹੈ ਮੇਰੇ ਮਨ ਵਿੱਚ بار بار ਖਿਆਲ ਆਇਆ ਇਸ ਕੁੜੀ ਤੋਂ ਮੈਂ ਵੀ ਜਿਉਣਾ ਸਿੱਖ ਲਵਾਂ ਪਰ ਕਿਵੇਂ ਮੈਂ ਆਪੇ ਵਿੱਚ ਆਪਣੇ ਆਪ ਨੂੰ ਸਵਾਲ ਕਰ ਰਹੀ ਸੀ ਤੇ ਆਪ ਹੀ ਜਵਾਬ ਦੇ ਰਹੀ ਸੀ ਪਰ ਅੱਜ ਤੋਂ ਬਾਅਦ ਇਸ ਕੁੜੀ ਨੂੰ ਮੈਂ ਕਿਵੇਂ ਮਿਲਾਂਗੀ ਕੱਲ ਨੂੰ ਤਾਂ ਮੇਰੀ ਫਲਾਈਟ ਆ ਦਿਲ ਦੀਆਂ ਦਿਲ ਵਿੱਚ ਲੈ ਕੇ ਮੈਂ ਆਪਣੇ ਸ਼ਹਿਰ ਆ ਗਈ 2 ਮਹੀਨੇ ਬੀਤੇ ਸੀ ਕਿ ਅਚਾਨਕ ਮੇਰੀ ਸਹੇਲੀ ਪਰਮ ਦਾ ਫੋਨ ਆਇਆ ਕਿ ਮੈਂ ਕੈਲਗਰੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆ ਰਹੀ ਹਾਂ ਕੈਲਗਰੀ ਪਹੁੰਚ ਕੇ ਪਰਮ ਨੇ ਮੈਨੂੰ ਫੋਨ ਕੀਤਾ ਮੈਂ ਸਮੇਂ ਸਿਰ ਉਸ ਨੂੰ ਉਹਦੇ ਰਿਸ਼ਤੇਦਾਰਾਂ ਦੇ ਘਰ ਮਿਲਣ ਚਲੀ ਗਈ ਉਹ ਕੁੜੀ ਜੀਨੂ ਮੈਂ ਕਦੇ ਦੁਬਾਰਾ ਮਿਲਣ ਦੀ ਖੁਆਇਸ਼ ਆਪਣੇ ਦਿਲ ਵਿੱਚ ਦੱਬੀ ਬੈਠੀ ਸੀ ਉਹ ਵੀ ਨਾਲ ਸੀ ਗੱਲਾਂ-ਗੱਲਾਂ ਵਿੱਚ ਪਤਾ ਲੱਗਿਆ ਕਿ ਉਹ ਪਰਮ ਦੇ ਨਾਲ ਆਈ ਹੈ ਉਹ ਜਦ ਵੀ ਪਰਮ ਨੂੰ ਬੁਲਾਉਂਦੀ ਤਾਂ ਮਾਂ ਆਖ ਕੇ ਬੁਲਾਉਂਦੀ ਸੀ ਮੈਨੂੰ ਪਤਾ ਸੀ ਕੀ ਪਰਮ ਦੀਆਂ ਦੋ ਧੀਆਂ ਨੇ ਦੋਨੋਂ ਕੈਨੇਡਾ ਦੀਆਂ ਜੰਪਲ ਮੈਂ ਉਹਨਾਂ ਦੀਆਂ ਫੋਟੋਆਂ ਵੀ ਵੇਖੀਆਂ ਹੋਈਆਂ ਸੀ ਮੇਰੇ ਮਨ ਵਿੱਚ ਇਹ ਜਾਣਨ ਦੀ ਤਾਂਗ ਵੱਧ ਗਈ ਕਿ ਇਹ ਕੁੜੀ ਮੇਰੀ ਸਹੇਲੀ ਪਰਮ ਨੂੰ ਮਾਂ ਕਿਉਂ ਕਹਿ ਰਹੀ ਆ ਜਦੋਂ ਉਹ ਮਾਂ ਕਹਿੰਦੀ ਤਾਂ ਮਾਂ ਸ਼ਬਦ ਸਾਰੇ ਆਲੇ ਦੁਆਲੇ ਘੁੰਮਦਾ ਸੁਣਾਈ ਦਿੰਦਾ ਹੁਣ ਮੈਨੂੰ ਉਹਦਾ ਨਾਮ ਪਤਾ ਲੱਗ ਗਿਆ ਸੀ ਉਹਦੇ ਸੋਹਣੇ ਪੰਦੇ ਨਾਲ ਉਹਦਾ ਨਾਮ ਵੀ ਮੇਲ ਖਾਂਦਾ ਸੀ ਉਸਦਾ ਨਾਮ ਸੀ ਸੀਰਤ ਕੁਝ ਸਮਾਂ ਰਿਸ਼ਤੇਦਾਰਾਂ ਦੇ ਘਰ ਬੈਠ ਕੇ ਮੈਂ ਤੇ ਪਰਮ ਬਾਹਰ ਘੁੰਮਣ ਫਿਰਨ ਚਲੀਆਂ ਗਈਆਂ ਇੱਕ ਰੈਸਟੋਰੈਂਟ ਵਿੱਚ ਦੁਪਹਿਰ ਦਾ ਖਾਣਾ ਖਾਣ ਦਾ ਅਸੀਂ ਪ੍ਰੋਗਰਾਮ ਬਣਾ ਲਿਆ ਰਸਤੇ ਵਿੱਚ ਮੈਂ ਕਈ ਵਾਰ ਸੀਰਤ ਬਾਰੇ ਗੱਲ ਕਰਨੀ ਚਾਹੀ ਪਰ ਹਰ ਵਾਰ ਰੁਕ ਜਾਂਦੀ ਪਰਮ ਕੋਈ ਨਾ ਕੋਈ ਗੱਲ ਛੇੜ ਲੈਂਦੀ ਕਦੇ ਆਪਣੇ ਦਫ਼ਤਰ ਦੀ ਗੱਲ ਕਦੇ ਆਪਣੇ ਰੱਬ ਨੂੰ ਪਿਆਰੇ ਹੋ ਚੁਕੇ ਘਰ ਵਾਲੇ ਦੀ ਗੱਲ। ਇਸੇ ਤਰ੍ਹਾਂ ਗੱਲਾਂ ਕਰਦੀਆਂ ਕਰਦੀਆਂ 10-15 ਮਿੰਟ ਵਿੱਚ ਅਸੀਂ ਰੈਸਟੋਰੈਂਟ ਵਿੱਚ ਆ ਗਏ ਹਾਂ। ਪਰਮ ਇਹ ਕੁੜੀ ਸੀਰਤ ਤੇ ਨੂੰਹ ਕਹਿੰਦੀ ਆ। ਮੈਂ ਖਾਣਾ ਆਰਡਰ ਕਰਨ ਤੋਂ ਪਹਿਲਾਂ ਉਸ ਨੂੰ ਪੁੱਛ ਹੀ ਲਿਆ। ਪਰਮ ਨੂੰ ਕੁਝ ਵੀ ਮਹਿਸੂਸ ਨਾ ਹੋਇਆ ਪਰ ਉਹਨੇ ਵਿਸ਼ਵਾਸ ਦੇ ਨਾਲ ਕਿਹਾ ਹਾਂ। ਮੈਂ ਸੀਰਤ ਦੀ ਮਾਂ ਹੀ ਲੱਗਦੀ ਆ। ਬਹੁਤ ਚੰਗਾ ਲੱਗਦਾ ਹੈ ਉਹਦੇ ਮੂਹੋਂ ਮਾ ਸ਼ਬਦ ਸੀਰਤ ਬਹੁਤ ਖੁਸ਼ ਰਹਿੰਦੀ ਆ ਸੋਹਣੀ ਵੀ ਰੱਜ ਕੇ ਆ ਮੈਂ ਕਿੰਨੇ ਸਾਰੇ ਸਵਾਲ ਇਕੱਠੇ ਕਰ ਲਏ ਪਰਮ ਨੇ 1 ਮਿੰਟ ਲਈ ਆਪਣਾ ਸਾਹ ਰੋਕਿਆ ਤੇ ਕਿਹਾ ਸੀਰਤ ਦਿਲ ਦੀ ਵੀ ਬਹੁਤ ਚੰਗੀ ਆ ਪਰ ਵਿਚਾਰੀ ਨੇ ਮਾੜਾ ਟਾਈਮ ਬਹੁਤ ਦੇਖਿਆ ਹੋਇਆ ਇਸ ਛੋਟੀ ਜੀ ਉਮਰ ਵਿੱਚ ਉਸ ਨੇ ਬਹੁਤ ਕੁਝ ਦੇਖਿਆ ਹੋਇਆ ਉਹ ਤਾਂ ਬਹੁਤ ਖੁਸ਼ ਲੱਗਦੀ ਆ ਉਹਦੇ ਅੰਦਾਜ਼ੇ ਤੋਂ ਤਾਂ ਲੱਗਦਾ ਹੀ ਨਹੀਂ ਕਿ ਦੁੱਖ ਕਦੇ ਉਹਦੇ ਨੇੜੇ ਵੀ ਆਇਆ ਹੋਵੇ ਮਹਾਰਾਣੀ ਨਾਲ ਪੁੱਛਿਆ ਪਰ ਉਹਨੇ ਮੇਰੇ ਸਵਾਲ ਦਾ ਜਵਾਬ ਦਿੱਤਾ ਤੇ ਕਿਹਾ ਕਿ ਸਾਰਿਆਂ ਨੂੰ ਐਵੇਂ ਹੀ ਲੱਗਦਾ ਹੈ ਪਰ ਜੋ ਦਿਸਦਾ ਉਹ ਹੁੰਦਾ ਨਹੀਂ ਹਾਂ ਗੱਲ ਤਾਂ ਪੱਕੀ ਆ ਪਰ ਸੀਰਤ ਮੇਰੇ ਤੋਂ ਗੱਲ ਵੀ ਪੂਰੀ ਨਾ ਹੋਈ ਪਰਮ ਨੇ ਦੱਸਣਾ ਸ਼ੁਰੂ ਕੀਤਾ ਮੇਰੇ ਚਿਹਰੇ ਵੱਲ ਵੇਖ ਕੇ ਬੋਲੀ ਸੁਰਿੰਦਰ ਸੀਰਤ ਬੇਸ਼ੱਕ ਮੇਰਾ ਖੂਨ ਨਹੀਂ ਬੇਸ਼ੱਕ ਮੈਂ ਉਹਨੂੰ ਜਨਮ ਨਹੀਂ ਦਿੱਤਾ ਪਰ ਉਹ ਮੇਰੀ ਧੀ ਹੈ ਉਹ ਮੇਰੀ ਧੀ ਕਿਵੇਂ ਬਣੀ ਇੱਕ ਬਹੁਤ ਲੰਬੀ ਤੇ ਅਜੀਬ ਦਿਲ ਚੇਰਨ ਵਾਲੀ ਆ ਹੂੰ ਕਹਿ ਕੇ ਪਰਮ ਦੇ ਚਿਹਰੇ ਵੱਲ ਮੈਂ ਇਸ ਤਰ੍ਹਾਂ ਦੇਖਿਆ ਕਿ ਪਰਮ ਸਮਝ ਗਈ ਸੀ ਕਿ ਮੈਂ ਸਾਰੀ ਕਹਾਣੀ ਸੁਣਨਾ ਚਾਹੁੰਦੀ ਆ ਪਰਮ ਨੇ ਸੁਣਾਉਣਾ ਸ਼ੁਰੂ ਕੀਤਾ ਸੀਰਤ ਦਾ ਜਵਾਨੀ ਉਮਰੇ ਕਿਸੇ ਮੁੰਡੇ ਨਾਲ ਪਿਆਰ ਪੈ ਗਿਆ ਸੀ ਸੀਰਤ ਬਹੁਤ ਸੋਹਣੀ ਕੁੜੀ ਸੀ ਦੋਨਾਂ ਦਾ ਪਿਆਰ ਸੱਚਾ ਸੁੱਚਾ ਸੀ ਦੋਵੇਂ ਜਿਹੜੇ ਵੱੱਦ ਤੋਂ ਵੱੱਦ ਸਮਾਜ ਦੀਆਂ ਨਜ਼ਰਾਂ ਤੋਂ ਬਚ ਕੇ ਰਹਿੰਦੇ ਸੀ ਕਿਸੇ ਨੂੰ ਭਿੰਨਕ ਵੀ ਨਾ ਪਈ ਇਹਨਾਂ ਦੇ ਪਿਆਰ ਦੀ ਅਸਲ ਵਿੱਚ ਉਹ ਮੁੰਡਾ ਜਗਰਾਵਾਂ ਦਾ ਸੀ ਸੀਰਤ ਪਿੰਡ ਰਹਿੰਦੀ ਸੀ ਇੱਕੋ ਕਾਲਜ ਵਿੱਚ ਪੜਦੇ ਸੀ ਸੀਰਤ ਜਦੋਂ ਬੀਏ ਦੇ ਦੂਜੇ ਸਾਲ ਵਿੱਚ ਸੀ ਉਹ ਮੁੰਡਾ ਐਮਏ ਫਾਈਨਲ ਵਿੱਚ ਪੜਦਾ ਸੀ ਮੁੰਡਾ ਬਹੁਤ ਹੋਣ ਹਾਰ ਤੇ ਸੋਹਣਾ ਸੁਨੱਖਾ ਸੀ ਮੁੰਡੇ ਦਾ ਨਾਮ ਰਾਜਵਿੰਦਰ ਸਿੰਘ ਸੀ ਰਾਜਵਿੰਦਰ ਐਮਏ ਕਰਕੇ ਉਸੇ ਕਾਲਜ ਵਿੱਚ ਪੜਾਉਣ ਲੱਗ ਪਿਆ ਸੀਰਤ ਨੇ ਵੀ ਬੀਏ ਕਰ ਲਈ ਬੀਏ ਕੀ ਕੀਤੀ ਨਾਲ ਹੀ ਸੀਰਤ ਦੇ ਵਿਆਹ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਸੀਰਤ ਦੀ ਭੂਆ ਨੇ ਮੁੰਡੇ ਦੀ ਦੱਸ ਪਾਈ ਤੇ ਸੀਰਤ ਦੇ ਮਾਪੇ ਮੁੰਡਾ ਦੇਖ ਕੇ ਗੱਲਬਾਤ ਕਰਨ ਲਈ ਸੋਚਣ ਲੱਗੇ ਸੀ ਸੀਰਤ ਨੇ ਸੋਚਿਆ ਕਿ ਇਸ ਤੋਂ ਪਹਿਲਾਂ ਕਿ ਗੱਲਬਾਤ ਅੱਗੇ ਵਧੇ ਉਹਦੇ ਮਾਪੇ ਕਿਸੇ ਨੂੰ ਹਾਂ ਕਰਨ ਉਹਨੂੰ ਦੱਸ ਦੇਣਾ ਚਾਹੀਦਾ ਹੈ ਕਿ ਉਹ ਕਿਸੇ ਮੁੰਡੇ ਨੂੰ ਪਿਆਰ ਕਰਦੀ ਹੈ ਉਸੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ ਸੀਰਤ ਨੂੰ ਇਸ ਗੱਲ ਦਾ ਵੀ ਪੂਰਾ ਯਕੀਨ ਸੀ ਕਿ ਉਹਦਾ ਬਾਪੂ ਉਹਦੀ ਭੂਆ ਦਾ ਕਦੇ ਵੀ ਕਹਿਣਾ ਨਹੀਂ ਮੋੜਦਾ ਭੂਆ ਤਾਂ ਕਦੋਂ ਦੀ ਫਿਰਦੀ ਆ ਵਿਚੋਲਣ ਬਣਨ ਨੂੰ ਘਰਦਿਆਂ ਨੇ ਹੀ ਰੋਕੀ ਹੋਈ ਸੀ ਕੀ ਸੀਰਤ ਨੂੰ ਪੜ ਲੈਣ ਦੇ ਉਹ ਤੋਂ ਬਾਅਦ ਵਿਆਹ ਦੀ ਸੋਚਾਂਗੇ ਜਿਵੇਂ ਹੀ ਸੀਰਤ ਨੇ ਆਪਣੀ ਭੂਆ ਨੂੰ ਦੱਸਿਆ ਕਿ ਉਹ ਕਿਸੇ ਨੂੰ ਪਿਆਰ ਕਰਦੀ ਹੈ ਬਸ ਫਿਰ ਕੀ ਸੀ ਉਹ ਸੁੱਤੇ ਤਾਂ ਮੁਸ਼ਕਲਾਂ ਦਾ ਪਹਾੜ ਟੁੱਟ ਗਿਆ ਉਹਦਾ ਘਰੋਂ ਬਾਹਰ ਜਾਣਾ ਵੀ ਔਖਾ ਹੋ ਗਿਆ ਸੀ ਸੀਰਤ ਦਾ ਹਰ ਸਮੇਂ ਕੋਈ ਨਾ ਕੋਈ ਪਿੱਛਾ ਕਰਦਾ ਰਹਿੰਦਾ ਫੋਨ ਦੀ ਘੰਟੀ ਵੱਜਦੀ ਤਾਂ ਸੀਰਤ ਦੀ ਜਾਨ ਨਿਕਲ ਜਾਂਦੀ ਸੀਰਤ ਜਦੋਂ ਫੋਨ ਨੂੰ ਹੱਥ ਪਾਉਣ ਲੱਗਦੀ ਤਾਂ ਘਰ ਦਾ ਕੋਈ ਨਾ ਕੋਈ ਮੈਂਬਰ ਪਹਿਲਾਂ ਹੀ ਫੋਨ ਚੱਕ ਲੈਂਦਾ ਮੁੱਕਦੀ ਗੱਲ ਕਿ ਸੀਰਤ ਕੈਦਨ ਬਣ ਗਈ ਸੀ ਉਹ ਵੀ ਆਪਣੇ ਹੀ ਮਾਪਿਆਂ ਦੇ ਘਰੇ ਗੱਲ-ਗੱਲ ਤੇ ਉਹਦਾ ਭਰਾ ਬਾਪ ਉਹਦੀ ਕੁੱਟਮਾਰ ਕਰ ਦਿੰਦੇ ਮਾਂ ਗਾਲਾਂ ਕੱਢਦੀ ਰਹਿੰਦੀ ਤਾਨੇ ਮਾਰਦੀ ਰਹਿੰਦੀ ਸੀਰਤ ਨੇ ਖਾਣਾ ਪੀਣਾ ਸਭ ਛੱਡ ਦਿੱਤਾ ਬਸ ਉਹਨਾਂ ਕੋ ਖਾਂਦੀ ਜਿੰਨਾਂ ਕੋ ਬਿਨਾਂ ਸਰਦਾ ਨਹੀਂ ਸੀ ਮੈਂ ਬਰਾਬਰ ਹੰਗਾਰਾ ਭਰ ਰਹੀ ਸੀ ਤੇ ਬੜੇ ਧਿਆਨ ਨਾਲ ਪਰਮ ਦੀਆਂ ਗੱਲਾਂ ਵੀ ਸੁਣ ਰਹੀ ਸੀ ਤੇ ਫਿਰ ਸੀਰਤ ਇੱਥੇ ਕਿਵੇਂ ਆ ਗਈ ਮੈਂ ਪਰਮ ਨੂੰ ਪੁੱਛਿਆ ਪਰਮ ਦੀ ਆਵਾਜ਼ ਭਾਰੀ ਹੋ ਚੁੱਕੀ ਸੀ ਉਹ ਗਲਾ ਭਰ ਕੇ ਬੋਲੀ ਸੀਰਤ ਦਾ ਇਸ ਮੁਲਕ ਵਿੱਚ ਆਉਣਾ ਮੈਨੂੰ ਮਿਲਣਾ ਬਹੁਤ ਅਜੀਬ ਕਹਾਣੀ ਆ ਸੀਰਤ ਦਾ ਚਾਚਾ ਚਾਚੀ ਇੱਥੇ ਟੋਰਾਂਟੋ ਵਿੱਚ ਰਹਿੰਦੇ ਨੇ ਸੀਰਤ ਦੇ ਮਾਪਿਆਂ ਨੇ ਸੀਰਤ ਦੇ ਚਾਚੇ ਨਾਲ ਗੱਲਬਾਤ ਕਰਕੇ ਸੀਰਤ ਨੂੰ ਇੱਥੇ ਭੇਜ ਦਿੱਤਾ ਕਿਸੇ ਨਾਲ ਵਟਾ ਸੱਟਾ ਕਰਕੇ ਸੀਰਤ ਦੀ ਚਾਚੀ ਦੇ ਭਰਾ ਨੇ ਸੀਰਤ ਦੇ ਕਾਗਜ਼ ਭਰ ਕੇ ਕਾਗਜ਼ਾਂ ਵਿੱਚ ਵਿਆਹ ਕਰਵਾ ਲਿਆ ਤੇ ਬਦਲੇ ਵਿੱਚ ਸੀਰਤ ਨੇ ਸੀਰਤ ਦੀ ਚਾਚੀ ਦੇ ਕੁਝ ਦੂਰ ਦੇ ਰਿਸ਼ਤੇਦਾਰ ਨੂੰ ਮੰਗਵਾਉਣਾ ਸੀ ਸੀਰਤ ਦੇ ਮਾਪੇ ਸੋਚਦੇ ਕਿ ਕੈਨੇਡਾ ਜਾ ਕੇ ਆਪੇ ਭੁੱਲ ਭੁਲਾ ਜਾਵੇਗੀ ਉਸ ਮੁੰਡੇ ਨੂੰ ਉਹ ਕਿਸੇ ਵੀ ਹਾਲਤ ਵਿੱਚ ਮਿਸਤਰੀਆਂ ਦੇ ਮੁੰਡੇ ਨਾਲ ਆਪਣੀ ਧੀ ਸੇਰਤ ਦਾ ਵਿਆਹ ਨਹੀਂ ਸੀ ਕਰਨਾ ਚਾਹੁੰਦੇ ਕਿਉਂਕਿ ਉਹਨਾਂ ਦੇ ਜੱਟ ਪੁਣੇ ਤੇ ਸੱਟ ਵੱਜਦੀ ਸੀ ਸੇਰਤ ਨੂੰ ਤੋੜ ਕੇ ਮਾਪੇ ਤਾਂ ਸੁਰਖਰੂ ਹੋ ਗਏ ਉਹਨਾਂ ਨੇ ਚਾਚੀ ਨੂੰ ਕਹਿ ਦਿੱਤਾ ਹੁਣ ਤੇਰੀ ਜ਼ਿੰਮੇਵਾਰੀ ਆ ਕੋਈ ਮੁੰਡਾ ਲੱਭ ਕੇ ਇਹਦਾ ਵਿਆਹ ਕਰ ਦੇਵੇ ਇਹ ਤੈਨੂੰ ਸੌਂਪ ਦਿੱਤੀ ਆ ਫਿਰ ਪਰਮ ਦੇ ਅੱਗੇ ਪਾਣੀ ਦਾ ਗਲਾਸ ਕਰਦਿਆਂ ਮੈਂ ਪੁੱਛਿਆ ਫਿਰ ਕੀ ਹੋਇਆ ਜਦੋਂ ਸੀਰਤ ਇੱਥੇ ਆ ਗਈ ਤਾਂ ਚਾਚਾ ਚਾਚੀ ਦੀ ਕੈਦਣ ਬਣ ਗਈ ਸੀਰਤ ਦੇ ਪੈਰ ਪੈਰ ਤੇ ਚਾਚੀ ਦੀਆਂ ਅੱਖਾਂ ਪਹਿਰੇਦਾਰ ਬਣ ਕੇ ਉਹਦਾ ਪਿੱਛਾ ਕਰਦੀਆਂ ਰਹਿੰਦੀਆਂ ਉਹ ਕਿਸੇ ਨੂੰ ਫੋਨ ਨਹੀਂ ਸੀ ਕਰ ਸਕਦੀ ਕੰਮ ਤੇ ਜਾਣ ਦੀ ਸ਼ਿਫਟ ਪੂਰੀ ਕਰਦੀ ਤੇ ਬੱਸ ਤੇ ਘਰ ਆ ਜਾਂਦੀ ਆਪਣੇ ਕੋਲ ਪੈਸੇ ਨਹੀਂ ਸੀ ਰੱਖ ਸਕਦੀ ਚਾਚੀ ਸੀਰਤ ਦੀ ਸਾਰੀ ਕਮਾਈ ਲੈ ਲੈਂਦੀ ਸੀਰਤ ਨੂੰ 5-7 ਡਾਲਰ ਪਰਸ ਵਿੱਚ ਰੱਖਣ ਦੇ ਲਈ ਦੇ ਦਿੰਦੀ ਵੱਡੀ ਗੱਲ ਇਹ ਸੀ ਕਿ ਉਹ 5-7 ਡਾਲਰ ਖਰਚਣ ਦੀ ਵੀ ਉਸ ਨੂੰ ਖੁੱਲ ਨਹੀਂ ਸੀ ਚੰਗੀ ਕਿਸਮਤ ਨੂੰ ਮੈਂ ਉੱਥੇ ਸੁਪਰਵਾਈਜ਼ਰ ਸੀ ਜਿੱਥੇ ਸਿਰਤ ਕੰਮ ਕਰ ਰਹੀ ਸੀ ਪਰਮ ਨੇ ਇੱਕ ਵੱਡਾ ਸਾਰਾ ਹੌਕਾ ਲਿਆ ਕੁਝ ਸਕਿੰਟ ਠਹਿਰ ਕੇ ਫਿਰ ਬੋਲੀ ਕਿਸੇ ਨਾਲ ਨਹੀਂ ਸੀ ਬੋਲਦੀ ਉਹ ਨਾ ਕਦੇ ਹਸਦੀ ਸੀ ਫੈਕਟਰੀ ਵਿੱਚ ਕੰਮ ਕਰਦੀ ਤੇ ਘਰ ਤੁਰ ਜਾਂਦੀ ਪਰ ਇਹਦੀਆਂ ਅੱਖਾਂ ਸਦਾ ਰੋਣ ਹੱਕੀਆਂ ਰਹਿੰਦੀਆਂ ਮੈਂ ਕਈ ਵਾਰ ਪੁੱਛਣ ਦਾ ਵੀ ਯਤਨ ਕਰਦੀ ਪਰ ਇਹ ਟਾਲਮਟੋਲ ਕਰਕੇ ਰੋ ਪੈਂਦੀ ਮੈਨੂੰ ਯਾਦ ਆ ਇੱਕ ਦਿਨ ਸੀਰਤ ਬਹੁਤ ਉਦਾਸ ਸੀ ਮੈਂ ਉਸ ਕੋਲ ਉਹਦੀ ਉਦਾਸੀ ਦਾ ਕਾਰਨ ਪੁੱਛਿਆ ਉਹ ਕਹਿਣ ਲੱਗੀ ਮੈਡਮ ਮੇਰੀਆਂ ਅੱਖਾਂ ਰਾਹੀਂ ਮੇਰੀ ਕਿਸਮਤ ਪਾਣੀ ਬਣ ਕੇ ਵਹਿ ਰਹੀ ਆ ਮੇਰੀਆਂ ਵੀ ਅੱਖਾਂ ਭਰ ਆਈਆਂ ਕੁੜੀਆਂ ਵਿਚਾਰੀਆਂ ਦਾ ਕੀ ਹੈ ਸਾਡੇ ਸਮਾਜ ਵਿੱਚ ਪਤਾ ਨਹੀਂ ਇੱਥੇ ਕਿੰਨੀਆਂ ਸੀਰਤਾਂ ਦੀਆਂ ਕਿਸਮਤਾਂ ਪਾਣੀ ਬਣ ਕੇ ਵਹਿ ਚੁੱਕੀਆਂ ਨੇ ਤੇ ਹਜੇ ਵੀ ਵਹਿ ਰਹੀਆਂ ਨੇ ਮੈਂ ਆਪਣੇ ਆਪ ਨੂੰ ਕਿਹਾ ਪਰਮ ਨੇ ਪਾਣੀ ਦੇ ਘੁੱਟ ਪਰ ਹੀ ਤੇ ਨੈਪਕੀ ਨਾਲ ਅੱਖਾਂ ਪੂੰਝੀਆਂ ਫਿਰ ਬੋਲੀ ਇੱਕ ਦਿਨ ਮੌਸਮ ਬਹੁਤ ਖਰਾਬ ਸੀ ਹਵਾ ਅੰਤਾਂ ਦੀ ਤੇਜ਼ ਚੱਲ ਰਹੀ ਸੀ ਬਰਫ਼ ਲੋੜੇ ਦੀ ਸੀ ਸਿਰ ਤੇ ਦੇ ਕੱਪੜੇ ਮਾਮੂਲੇ ਜੇ ਸਨ ਜੈਕਟ ਤਾਂ ਨਾ ਹੋਇਆ ਵਰਗੀ ਸੀ ਦਸਤਾਨੀ ਤੇ ਸਿਰ ਟਕਣ ਲਈ ਵੀ ਉਹਦੇ ਕੋਲ ਕੁਝ ਨਹੀਂ ਸੀ ਮੈਂ ਸੋਚਿਆ ਕਿ ਇਸ ਤਰ੍ਹਾਂ ਦੇ ਮੌਸਮ ਵਿੱਚ ਤਾਂ ਇਹ ਬਿਮਾਰ ਹੋ ਸਕਦੀ ਆ ਘਰ ਕਿਵੇਂ ਜਾਵੇਗੀ ਬੱਸ ਦਾ ਕੀ ਪਤਾ ਕਦੋਂ ਆਵੇ ਨਾ ਆਵੇ ਇਸ ਹਾਲਤ ਵਿੱਚ ਬੱਸ ਸਟੈਂਡ ਤੇ ਖੜਨਾ ਕਿਹੜਾ ਸੌਖਾ ਹੈ ਮੈਂ ਸੋਚਿਆ ਮੈਂ ਇਸ ਨੂੰ ਘਰ ਛੱਡ ਆਉਣੀ ਆ ਮੈਂ ਸੀਰਤ ਨੂੰ ਕਾਰ ਵਿੱਚ ਬਿਠਾ ਕੇ ਹੌਲੀ-ਹੌਲੀ ਤੂਫਾਨ ਨੂੰ چیرਦਿਆਂ ਅਸੀਂ ਸੀਰਤ ਦੇ ਚਾਚਾ ਚਾਚੀ ਦੇ ਘਰ ਆ ਗਈਆਂ ਕਿਸੇ ਨੇ ਵੀ ਦਰਵਾਜ਼ਾ ਨਾ ਖੋਲ੍ਹਿਆ ਉਹ ਘਰ ਵਿੱਚ ਨਹੀਂ ਸਨ ਸੀਰਤ ਕੋਲ ਘਰ ਦੀ ਚਾਬੀ ਵੀ ਨਹੀਂ ਸੀ ਮੈਂ ਸੀਰਤ ਤੋਂ ਪੁੱਛਿਆ ਕਿ ਉਹ ਘਰ ਦੀ ਚਾਬੀ ਕੋਲ ਕਿਉਂ ਨਹੀਂ ਰੱਖਦੀ ਉਹਨੇ ਦੱਸਿਆ ਕਿ ਚਾਚੀ ਤੋਂ ਮੈਂ ਮੰਗੀ ਸੀ ਚਾਚੀ ਨੇ ਕਹਿ ਕੇ ਜਵਾਬ ਦੇ ਦਿੱਤਾ ਕਿ ਅਸੀਂ ਕਿਸੇ ਨੂੰ ਘਰ ਦੀ ਚਾਬੀ ਨਹੀਂ ਦੰਦੇ ਇਹੀ ਮੇਰਾ ਸੂਲ ਚਾਚੇ ਨੇ ਵੀ ਚਾਚੀ ਦੀ ਹਾਂ ਚ ਹਾਂ ਮਿਲਾਈ ਸੀ ਚਾਚੇ ਦੇ ਘਰ ਵਿੱਚ ਬਿਲਕੁਲ ਨਹੀਂ ਚਲਦੀ। ਭਾਵੇਂ ਸੀਰਤ ਦਾ ਚਾਚਾ ਬਹੁਤ ਪੜਿਆ ਲਿਖਿਆ ਸੀ ਤੇ ਚੰਗੀ ਨੌਕਰੀ ਤੇ ਸੀ ਪਰ ਘਰ ਵਿੱਚ ਉਹਦੀ ਕੋਈ ਸੁਣਵਾਈ ਨਹੀਂ ਸੀ। ਚਲੋ ਮੈਂ ਸੀਰਤ ਨੂੰ ਆਪਣੇ ਘਰ ਲੈ ਗਈ। ਉਹਦੇ ਚਾਚੇ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਸੀਰਤ ਦਾ ਫਿਕਰ ਨਾ ਕਰਨ ਉਹ ਮੇਰੇ ਕੋਲ ਹੈ। ਮੈਂ ਸੀਰਤ ਦੀ ਵੀ ਉਹਨਾਂ ਨਾਲ ਗੱਲ ਕਰਵਾ ਦਿੱਤੀ। ਸੀਰਤ ਦੇ ਚਾਚੇ ਨੇ ਮੇਰਾ ਧੰਨਵਾਦ ਕੀਤਾ। ਤੇ ਮੈਂ ਸੀਰਤ ਦੇ ਮਾਪਿਆਂ ਨੂੰ ਫੋਨ ਘੁਮਾ ਲਿਆ ਸੀਰਤ ਨੇ ਆਪਣੇ ਮਾਪਿਓ ਨੂੰ ਸਾਰੀ ਗੱਲਬਾਤ ਦੱਸ ਦਿੱਤੀ ਕਿ ਚਾਚੀ ਕਿਵੇਂ ਉਹਦੇ ਤੇ ਅਤਿਆਚਾਰ ਕਰ ਰਹੀ ਆ ਮੇਰੀ ਵੀ ਉਹਨਾਂ ਨਾਲ ਗੱਲਬਾਤ ਕਰਵਾਈ ਤੇ ਸੀਰਤ ਦੀ ਮਾਂ ਵਾਰ-ਵਾਰ ਮੈਨੂੰ ਇਹੀ ਕਹੀ ਜਾਵੇ ਭੈਣ ਜੀ ਹੁਣ ਤੁਸੀਂ ਇਹਦੀ ਮਾਂ ਹੋ ਇਹਦਾ ਖਿਆਲ ਰੱਖਿਓ ਮੈਂ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਮੈਂ ਹਰ ਤਰੀਕੇ ਨਾਲ ਸੀਰਤ ਦਾ ਖਿਆਲ ਰੱਖਾਂਗੀ ਉਸੇ ਰਾਤੀ ਸੀਰਤ ਨੇ ਆਪਣੀ ਕਨੇਡਾ ਆਉਣ ਦੀ ਸਾਰੀ ਕਹਾਣੀ ਮੈਨੂੰ ਦੱਸ ਦਿੱਤੀ ਸੀ। ਮੇਰੇ ਦਿਲ ਵਿੱਚ ਸੀਰਤ ਪ੍ਰਤੀ ਹਮਦਰਦੀ ਤਾਂ ਪਹਿਲਾਂ ਨਾਲੋਂ ਕਿਤੇ ਹੋਰ ਵੱਧ ਗਈ। ਦੂਜੇ ਦਿਨ ਸੀਰਤ ਮੇਰੇ ਨਾਲ ਕੰਮ ਤੇ ਚਲੀ ਗਈ। ਕੰਮ ਤੋਂ ਬਾਅਦ ਸ਼ਾਮ ਨੂੰ ਜਦੋਂ ਸੀਰਤ ਘਰ ਗਈ ਤਾਂ ਚਾਚੀ ਬਹੁਤ ਗੁੱਸੇ ਹੋਈ। ਕਿਉਂ ਕਿਉਂ ਕਿਸੇ ਦੇ ਨਾਲ ਕਿਸੇ ਦੇ ਘਰ ਗਈ ਸੀ। ਸੀਰਤ ਨੇ ਮੈਨੂੰ ਦੱਸਿਆ ਕਿ ਉਹਨੇ ਬਥੇਰਾ ਚਾਚੇ ਨੂੰ ਕਿਹਾ ਕਿ ਉਸ ਕੋਲ ਕੋਈ ਚਾਰਾ ਨਹੀਂ ਸੀ। ਮੈਂ ਠੰਡ ਵਿੱਚ ਕਿਵੇਂ ਬਾਹਰ ਖੜ੍ਹ ਸਕਦੀ ਸੀ ਬਸ ਇਹੀ ਕਹੀ ਜਾਵੇ ਜਿਹੜੀ ਤੈਨੂੰ ਲੈ ਕੇ ਗਈ ਸੀ ਸਾਡੇ ਘਰ ਆਇਆ ਤੋਂ ਤੈਨੂੰ ਛੱਡ ਕੇ ਵੀ ਜਾ ਸਕਦੀ ਸੀ ਉਹਦੇ ਚਾਚੇ ਨੇ ਬਥੇਰਾ ਸਮਝਾਇਆ ਕਿ ਕੋਈ ਨਾ ਇਸ ਗੱਲ ਨੂੰ ਬਹੁਤਾ ਪਹਾੜ ਨਾ ਬਣਾ ਜ਼ਿੰਦਗੀ 'ਚ ਅਜਿਹਾ ਕੁਝ ਹੁੰਦਾ ਰਹਿੰਦਾ ਹੈ ਨਾਲੇ ਆਪਣੀ ਵੀ ਗਲਤੀ ਆ ਆਪਾਂ ਨੂੰ ਉਸ ਨੂੰ ਘਰ ਦੀ ਚਾਬੀ ਦੇਣੀ ਚਾਹੀਦੀ ਸੀ ਪਰ ਉਹਦੇ ਚਾਚੇ ਦੀ ਕੌਣ ਸੁਣਦਾ ਸੀ ਸੀਰਤ ਦੀ ਚਾਚੀ ਗੱਲ-ਗੱਲ ਤੇ ਆਕਦੀ ਜੇ ਇਹ ਚੰਗੀ ਹੁੰਦੀ ਤਾਂ ਇਹਦੇ ਮਾਪੇ ਇਹਨੂੰ ਇੱਥੇ ਨਾ ਭੇਜਦੇ ਆਪ ਦਾ ਸੁੱਖ ਆਰਾਮ ਨਾਲ ਬੈਠ ਗਏ ਮੇਰੇ ਪੱਲੇ ਪਾ ਦਿੱਤੀ ਇਹ ਬਦਕਾਰ ਜਿਸ ਦਿਨ ਦੀ ਇੱਥੇ ਆਈ ਆ ਸਾਡੇ ਘਰ ਕੋਈ ਨਾ ਕੋਈ ਮੁਸੀਬਤ ਬਣੀ ਰਹਿੰਦੀ ਹੈ ਉਸ ਦਿਨ ਸੀਰਤ ਦੀ ਚਾਚੀ ਨੇ ਸੀਰਤ ਨੂੰ ਬਹੁਤ ਕੁੱਟਿਆ ਇਹ ਦੱਸਦਿਆਂ ਦੱਸਦਿਆਂ ਪਰਮ ਦੀਆਂ ਅੱਖਾਂ ਭਰ ਗਈਆਂ ਸੀਰਤ ਦੇ ਸਰੀਰ ਤੇ ਮਾਰਕੁੱਟ ਦੇ ਨਿਸ਼ਾਨ ਸਨ। ਉਹਦੇ ਚਿਹਰੇ ਤੇ ਚਾਚੀ ਦੇ ਜ਼ਾਲਮ ਹੱਥਾਂ ਦੀਆਂ ਉਂਗਲੀਆਂ ਦੇ ਵੀ ਨਿਸ਼ਾਨ ਸੀ। ਮੇਰੇ ਜੋੜ ਦੇ ਕੇ ਪੁੱਛਣ ਤੇ ਸੀਰਤ ਨੇ ਮੈਨੂੰ ਸਭ ਕੁਝ ਦੱਸ ਦਿੱਤਾ। ਕਮੀਜ਼ ਚੁੱਕ ਕੇ ਕਿਸੇ ਸੋਟੀ ਵਰਗੀ ਚੀਜ਼ ਦੇ ਨਿਸ਼ਾਨ ਵੀ ਵਿਖਾਏ। ਇਹ ਗੱਲ ਸੁਣ ਕੇ ਤਾਂ ਮੈਂ ਕੰਬ ਗਈ। ਜੋਰ ਦੇ ਕੇ ਐਨਾ ਹੀ ਆਖ ਸਕੇ। ਸੀਰਤ ਨੇ ਪੁਲਿਸ ਨੂੰ ਫੋਨ ਕਿਉਂ ਨਹੀਂ ਕੀਤਾ? ਵਿਚਾਰੀ ਡਰੀ ਹੋਈ ਸੀ। ਮੈਂ ਸੀਰਤ ਦੀ ਮਦਦ ਤਾਂ ਕਰਨੀ ਚਾਹੁੰਦੀ ਸੀ ਪਰ ਉਹਦੇ ਨਿੱਜੀ ਜ਼ਿੰਦਗੀ 'ਚ ਬਹੁਤਾ ਦਖਲ ਦੇਣਾ ਮੈਂ ਚੰਗਾ ਨਹੀਂ ਸੀ ਸਮਝਦੀ ਮੈਂ ਨਹੀਂ ਸੀ ਚਾਹੁੰਦੀ ਕਿ ਮੇਰੇ ਕਾਰਨ ਉਹ ਤੇ ਦੁੱਖਾਂ ਦੇ ਸਮੁੰਦਰ ਵਿੱਚ ਹੋਰ ਜਵਾਰ-ਭੱਟ ਆ ਜਾਵੇ ਸਾਡਾ ਖਾਣਾ ਤਾਂ ਕਦੋਂ ਦਾ ਆ ਗਿਆ ਸੀ ਇਹਦਾ ਅਹਿਸਾਸ ਉਹਦੇ ਹੋਇਆ ਜਦੋਂ ਵੇਟਰ ਮੁੰਡੇ ਨੇ ਅਚਾਨਕ ਆ ਕੇ ਪੁੱਛਿਆ ਜੇ ਕੁਝ ਹੋਰ ਚਾਹੀਦਾ ਹੈ ਤਾਂ ਦੱਸੋ ਪਰਮ ਨੇ ਖਾਣਾ ਸ਼ੁਰੂ ਕਰਨ ਲਈ ਮੈਨੂੰ ਇਸ਼ਾਰਾ ਕੀਤਾ। ਅਸੀਂ ਦੋਵੇਂ ਜਣੀਆਂ ਖਾਣਾ ਖਾਣ ਲੱਗ ਪਈਆਂ। ਬੁਰਕੀ ਅੱਗੇ ਲੰਘ ਨਹੀਂ ਸੀ ਰਹੀ। ਅਸੀਂ ਦੋਨੇ ਭਾਵੁਕ ਹੋ ਗਏ ਸੀ। ਪਰਮ ਨੇ ਮੇਰੇ ਵੱਲ ਦੇਖਿਆ ਤੇ ਕਿਹਾ, "ਤੈਨੂੰ ਪਤਾ ਜਦੋਂ ਆਪਣੇ ਹੀ ਮਾਪੇ ਬੱਚੇ ਦਾ ਸਾਥ ਨਾ ਦੇਣ ਤਾਂ ਬਗਾਨੇ ਤਾਂ ਫਾਇਦਾ ਚੁੱਕਦੇ ਹੀ ਨੇ।" ਮੈਂ ਫਿਰ ਪੁੱਛਿਆ, "ਫਿਰ ਸੀਰਤ ਨਾਲ ਕੀ ਹੋਇਆ?" ਪਰਮ ਨੇ ਪਾਣੀ ਦਾ ਘੁੱਟ ਭਰਦੇ ਅੱਗੇ ਕਿਹਾ ਹੋਣਾ ਕੀ ਸੀ ਸੀਰਤ ਦੇ ਫਰਜ਼ੀ ਵਿਆਹ ਦਾ ਤਲਾਕ ਕਰਵਾ ਕੇ ਚਾਚੀ ਮੌਕਾ ਤਾੜ ਕੇ ਸੀਰਤ ਨੂੰ ਇੰਡੀਆ ਲੈ ਗਈ ਆਪਣੇ ਕਿਸੇ ਦੂਰ ਦੇ ਰਿਸ਼ਤੇਦਾਰੀ ਚੋਂ ਭਰਾ ਲੱਗਦੇ ਕਿਸੇ ਮੁੰਡੇ ਨਾਲ ਵਿਆਹ ਕਰਨ ਵਾਸਤੇ ਸਾਲ ਦੇ ਵਿੱਚ ਉਹ ਇੱਥੇ ਆ ਗਿਆ ਤੈਨੂੰ ਪਤਾ ਹੀ ਆ ਉਹਨਾਂ ਦਿਨਾਂ 'ਚ ਹਜੇ ਇੰਨਾ ਸੌਖਾ ਸੀ ਇੱਥੇ ਆਉਣਾ ਛੇਤੀ ਵੀਜ਼ਾ ਮਿਲ ਜਾਂਦਾ ਸੀ ਇਮੀਗ੍ਰੇਸ਼ਨ ਮਹਿਕਮਾ ਅੱਜ ਦੀ ਤਰ੍ਹਾਂ ਤੰਗ ਪਰੇਸ਼ਾਨ ਨਹੀਂ ਸੀ ਕਰਦਾ ਬਾਲੇ ਪੁੱਛ ਪੜਤਾਲ ਨਹੀਂ ਸੀ ਹੁੰਦੀ ਉਹਨਾਂ ਦਿਨਾਂ 'ਚ ਕੁਝ ਦਿਨ ਉਹ ਚਾਚੇ ਚਾਚੀ ਨਾਲ ਰਹੇ ਬਾਅਦ ਵਿੱਚ ਕਿਰਾਏ ਤੇ ਸਸਤੇ ਜਿਹੇ ਅਪਾਰਟਮੈਂਟ ਵਿੱਚ ਮੂਵ ਹੋ ਗਏ ਮੈਂ ਲਗਾਤਾਰ ਪਰਮ ਦੇ ਚਿਹਰੇ ਵੱਲ ਵੇਖ ਰਹੀ ਸੀ ਉਹਦੀਆਂ ਅੱਖਾਂ ਵਿੱਚ ਪਾਣੀ ਸੀ ਉਹਦੀਆਂ ਅੱਖਾਂ ਵਿੱਚ ਚਮਕਦਾ ਹੰਝੂ ਸਿਰਤ ਦੀ ਜ਼ਿੰਦਗੀ ਦੀ ਇਹ ਤੋਂ ਅਗਲੀ ਦਾਸ ਥਾਂ ਖاموشੀ ਨਾਲ ਵਰਣਨ ਕਰ ਰਿਹਾ ਸੀ ਮੈਂ ਵੀ ਆਪਣੇ ਆਪ ਨੂੰ ਕੁਝ ਇਕੱਠਾ ਜਿਹਾ ਕੀਤਾ ਕਿਉਂਕਿ ਹੁਣ ਮੈਨੂੰ ਵੀ ਸੀਰਤ ਦੇ ਹਾਸਿਆਂ ਦੇ ਪਿੱਛੇ ਛੁਪੇ ਰੋਣੇ ਸੁਣਾਈ ਦੇਣ ਲੱਗ ਪਏ ਸੀ ਪਰਮ ਨੇ ਅੱਗੇ ਦੱਸਿਆ ਕਿ ਮੇਜਰ ਦੇ ਆਉਣ ਨਾਲ ਸੀਰਤ ਦੀ ਜ਼ਿੰਦਗੀ ਹੋਰ ਵੀ ਨਰਕ ਬਣ ਗਈ ਮੇਜਰ ਕੌਣ ਮਹਾਰਾਣੀ ਨਾਲ ਪੁੱਛਿਆ ਮੇਜਰ ਜਿਸ ਨਾਲ ਚਾਚੀ ਨੇ ਸੀਰਤ ਦਾ ਵਿਆਹ ਕੀਤਾ ਸੀ ਸ਼ਰਾਬੀ ਕਬਾਬੀ ਇੱਕ ਨੰਬਰ ਦਾ ਵਿਲੜ ਮੁੰਡਾ ਸੀ ਸਾਰਾ ਦਿਨ ਪੀ ਕੇ ਘਰੇ ਵਿਆ ਰਹਿੰਦਾ ਬਸ ਅਣਸਰ ਦੇ ਨੂੰ ਕੰਮ ਤੇ ਜਾਂਦਾ ਸੀ ਗੱਲ ਗੱਲ ਤੇ ਉਸ ਨੇ ਸੀਰਤ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਸੀਰਤ ਦੀ ਜ਼ਿੰਦਗੀ ਪਹਿਲਾਂ ਨਾਲੋਂ ਵੀ ਭੈੜੀ ਹੋ ਚੁੱਕੀ ਸੀ ਉਹਨੂੰ ਪਤਾ ਹੋਣ ਦੇ ਬਾਵਜੂਦ ਕਿ ਸੀਰਤ ਦਾ ਪਹਿਲਾ ਵਿਆਹ ਫਰਜੀ ਸੀ ਉਹਦੇ ਹੀ ਤਾਨੇ ਮੇੜੇ ਮਾਰਦਾ ਰਹਿੰਦਾ ਸੀ ਐਥੋਂ ਤੱਕ ਕਹਿ ਦਿੰਦਾ ਕਿ ਮੇਰੇ ਨਾਲ ਤਾਂ ਧੋਖਾ ਹੋਇਆ ਇਹ ਪਹਿਲਾ ਵਿਆਹ ਹੀ ਹੋਈ ਸੀ ਅਸਲ ਵਿੱਚ ਸੀਰਤ ਦੀ ਚਾਚੀ ਨੂੰ ਪਤਾ ਸੀ ਕਿ ਉਹ ਮੁੰਡਾ ਇੰਡੀਆ ਵਿੱਚ ਨਸ਼ੇ ਕਰਦਾ ਸੀ ਇੱਥੇ ਉਸ ਨੂੰ ਉੱਥੇ ਵਾਲਾ ਨਸ਼ਾ ਨਹੀਂ ਸੀ ਮਿਲਦਾ ਉਹ ਸ਼ਰਾਬ ਪੀ ਕੇ ਸਾਰੀ ਜਾਂਦਾ ਸੀ ਚਾਚੀ ਦਾ ਤਾਂ ਇੱਕੋ ਮਕਸਦ ਸੀ ਕਿ ਉਹ ਇਸ ਵਿਗੜੇ ਹੋਏ ਮੁੰਡੇ ਨੂੰ ਕੈਨੇਡਾ ਬੁਲਾ ਕੇ ਰਿਸ਼ਤੇਦਾਰਾਂ ਤੋਂ ਸ਼ਾਬਾਸ਼ ਲੈਣੀ ਚਾਹੁੰਦੀ ਸੀ ਇਸ ਕੰਮ ਲਈ ਉਸਨੇ ਸੀਰਤ ਨੂੰ ਬਲੀ ਦਾ ਬੱਕਰਾ ਬਣਾਇਆ ਸੀ ਇੱਕ ਦਿਨ ਸੀਰਤ ਨਾਲ ਕੰਮ ਕਰਦੀ ਕਿਸੇ ਕੁੜੀ ਦਾ ਸੀਰਤ ਨੂੰ ਫੋਨ ਆ ਗਿਆ ਬਸ ਐਨੇ ਚ ਵਿਗੜ ਗਿਆ ਕਹੇ ਤੇਰੇ ਕਿਹੜੇ ਯਾਰ ਦਾ ਫੋਨ ਸੀ ਉਹਨੇ ਬਥੇਰਾ ਕਿਹਾ ਕਿ ਉਹਦੀ ਸਹੇਲੀ ਦਾ ਫੋਨ ਆ ਉਹਦੇ ਨਾਲ ਕੰਮ ਕਰਦੀ ਆ ਮੇਜਰ ਨੇ ਸੀਰਤ ਨੂੰ ਮਮੁੱਲੀ ਜੀ ਗੱਲ ਤੇ ਐਨਾ ਕੁੱਟਿਆ ਮਾਰਿਆ ਕਿ ਉਹਦੇ ਮੱਥੇ ਵਿੱਚ ਸੱਟ ਲੱਗੀ ਲਹੂ ਲੋਹਾਨ ਹੋ ਗਈ ਸੀਰਤ ਨੂੰ ਨੂੰ ਤੱਕਾ ਦੇ ਕੇ ਪਿੱਛੇ ਸੁੱਟ ਦਿੱਤਾ ਮੇਜਰ ਨੇ ਚਾਕੂ ਕੱਢ ਲਿਆ ਆਪਣੀ ਜਾਨ ਬਚਾਉਣ ਲਈ ਉਹ ਘਰੋਂ ਬਾਹਰ ਨਿਕਲ ਕੇ ਪੌੜੀਆਂ ਵਿੱਚ ਬੈਠ ਗਈ ਗੁਆੰਡੀ ਗੋਰੇ ਨੇ ਦੇਖ ਲਿਆ ਉਹਨੇ ਪੁਲਿਸ ਨੂੰ ਫੋਨ ਕਰ ਦਿੱਤਾ ਪੁਲਿਸ ਸੀਰਤ ਨੂੰ ਹਸਪਤਾਲ ਲੈ ਗਈ ਸੀਰਤ ਨੇ ਸਾਰਾ ਬਿਆਨ ਗਲਤ ਦੇ ਦਿੱਤਾ ਉਹਨੇ ਕਿਹਾ ਕਿ ਘਰ ਦੇ ਦਰਵਾਜ਼ੇ ਦੀਆਂ ਪੌੜੀਆਂ ਵਿੱਚ ਉਹਦਾ ਪੈਰ ਫਿਸਲ ਗਿਆ ਤਾਂ ਜਾ ਕੇ ਖਿਹੜਾ ਛੁੱਟਿਆ ਸੀ ਸੀਰਤ ਨੇ ਫੇਰ ਵੀ ਮੇਜਰ ਨੂੰ ਬਚਾ ਲਿਆ ਸੀਰਤ ਦੀ ਚਾਚੀ ਸੀਰਤ ਨੂੰ ਹੀ ਦੋਸ਼ੀ ਕਹੀ ਜਾ ਰਹੀ ਸੀ ਕਹਿੰਦੀ ਇਹ ਬਦਚਲਨ ਹੈ ਤਾਂ ਹੀ ਮਾਪਿਆਂ ਨੇ ਸਾਡੇ ਨਾਲ ਮੜ ਦਿੱਤੀ ਮਰਿਆ ਹੋਇਆ ਸੱਪ ਇੱਕ ਦਿਨ ਤਾਂ ਹੱਦੀ ਹੋਵੇ ਆਪਣੀਆਂ ਕੁਝ ਜ਼ਰੂਰੀ ਚੀਜ਼ਾਂ ਖਰੀਦਣ ਗਰੋਸਰੀ ਲੈਣ ਲਈ ਸੀਰਤ ਨੂੰ ਟਾਈਮ ਲੱਗ ਗਿਆ ਉਹਨੇ ਬਥੇਰਾ ਕਿਹਾ ਸੀ ਕਿ ਮੈਂ ਵਾਲਮਾਰਟ ਵੀ ਜਾਣਾ ਆਪਣਾ ਸਮਾਨ ਲੈਣ ਪਰ ਮੇਜਰ ਨੇ ਉਹ ਤੇ ਇੱਕ ਨਾ ਸੁਣੀ ਨਾਲੇ ਉਹਦੇ ਕੋਲ ਕਿਹੜਾ ਕਾਰ ਸੀ ਬੱਸ ਵਿੱਚ ੱਤਕੇ ਖਾਂਦੀ ਸੀ ਵਿਚਾਰੀ ਬੱਸਾਂ ਵਿੱਚ ਟਾਈਮ ਤਾਂ ਲੱਗ ਹੀ ਜਾਂਦਾ ਮੇਜਰ ਨੇ ਆਪਣੀ ਭੈਣ ਜਾਨੀ ਸੀਰਤ ਦੀ ਚਾਚੀ ਨੂੰ ਫੋਨ ਕਰ ਦਿੱਤਾ ਕਿ ਇਹ ਛੁੱਟੀ ਵਾਲਾ ਸਾਰਾ ਦਿਨ ਬਾਹਰ ਰਹਿੰਦੀ ਐ ਪਤਾ ਨਹੀਂ ਕਿੱਥੇ ਜਾਂਦੀ ਆ ਸਵੇਰ ਦੀ ਗਈ ਹੁਣ ਆਈ ਆ ਲਿਆਉਣਾ ਕੀ ਸੀ ਆ ਦੁੱਧ ਦੀਆਂ ਦੋ ਕੰਨੀਆਂ ਚਾਚੀ ਨੇ ਘਰੇ ਆਉਂਦੇ ਸਾਰ ਸੀਰਤ ਤੇ ਦੋ ਥੱਪੜ ਜੜੇ ਮੇਜਰ ਸੀਰਤ ਨੂੰ ਘੜੀਸਤਾ ਦਰਵਾਜ਼ੇ ਕੋਲ ਲੈ ਆਇਆ ਤੱਕਾ ਮਾਰ ਕੇ ਬਾਹਰ ਕੱਢ ਦਿੱਤਾ। ਸੀਰਤ ਨੇ ਗਵਾਂਡੀਆਂ ਦੇ ਘਰੋਂ ਮੈਨੂੰ ਫੋਨ ਕੀਤਾ। ਮੈਂ ਸੀਰਤ ਨੂੰ ਆਪਣੇ ਘਰ ਲੈ ਆਏ। ਉਹ ਤੋਂ ਬਾਅਦ ਸੀਰਤ ਉਸ ਘਰ ਵਿੱਚ ਨਹੀਂ ਗਈ। ਪਰਮ ਦੇ ਹੰਝੂ ਹੁਣ ਆਪ ਮੁਹਾਰੇ ਵਹਿ ਰਹੇ ਸੀ। ਅੱਖਾਂ ਪੂੰਝਣ ਲਈ ਮੈਂ ਪਰਸ ਚੋਂ ਪੇਪਰ ਕੱਢ ਕੇ ਦੇ ਦਿੱਤਾ। ਪਰਮ ਕੁਝ ਮਿੰਟ ਲਈ ਰੁਕੀ, ਸਾਥੋਂ ਖਾਣਾ ਵੀ ਚੰਗੀ ਤਰ੍ਹਾਂ ਨਹੀਂ ਸੀ ਖਾਦਾ ਗਿਆ। ਪਰਮ ਨੇ ਫੇਰ ਦੱਸਣਾ ਸ਼ੁਰੂ ਕੀਤਾ। ਮੈਂ ਇਕੱਲੀ ਸੀ ਘਰ ਵਿੱਚ। ਦੋਨੋਂ ਕੁੜੀਆਂ ਅਮਰੀਕਾ ਪੜ੍ਹਦੀਆਂ ਸੀ। ਉਹਨਾਂ ਨਾਲ ਮੈਂ ਸੀਰਤ ਦੀ ਗੱਲ ਕਰਵਾਈ ਤਾਂ ਦੋਨੇ ਕੁੜੀਆਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ। ਮੰਮੀ ਤੁਸੀਂ ਸੀਰਤ ਨੂੰ ਕਿਤੇ ਨਾ ਜਾਣ ਦੇਣਾ। ਆਪਣੇ ਕੋਲ ਹੀ ਰੱਖੋ। ਸੀਰਤ ਸਾਡੀ ਵੀ ਭੈਣ ਹੈ। ਇਸ ਨੂੰ ਸਗੀ ਭੈਣ ਬਣਾ ਕੇ ਰੱਖਾਂਗੇ। ਉਹਨਾਂ ਕੋਲੋਂ ਇਹ ਸ਼ਬਦ ਸੁਣ ਕੇ ਮੈਨੂੰ ਬਹੁਤ ਹੌਸਲਾ ਹੋਇਆ। ਮੈਂ ਹੋਰ ਵੀ ਤਕੜੀ ਹੋ ਗਈ ਸੀ। ਮੈਂ ਸੀਰਤ ਦੀ ਖੁੱਲ੍ਹ ਕੇ ਮਦਦ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਦੋਨੋਂ ਮਾਂ ਤੀਆਂ ਇਕੱਠੇ ਕੰਮ ਤੇ ਜਾਂਦੀਆਂ ਇਕੱਠੇ ਘਰ ਆ ਜਾਂਦੀਆਂ ਸਿਰਤ ਦੀ ਸਿਹਤ ਵਿੱਚ ਹੁਣ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਹੁਣ ਥੋੜਾ ਹੱਸਣ ਵੀ ਲੱਗ ਪਈ ਸੀ ਥੋੜੇ ਦਿਨਾਂ ਚ ਮੇਰੇ ਨਾਲ ਐਨੀ ਕੁਲ ਮਿਲ ਗਏ ਸਿਰਤ ਦੀ ਖੁਸ਼ੀ ਮੇਰੀ ਜ਼ਿੰਦਗੀ ਦਾ ਹੁਣ ਮਕਸਦ ਬਣ ਗਈ ਸੀ ਉਹ ਹੱਸਦੀ ਤਾਂ ਮੈਂ ਆਪ ਹੀ ਖੁਸ਼ ਹੋ ਜਾਂਦੀ ਉਹਨੇ ਮੈਨੂੰ ਮਾਂ ਕਹਿਣਾ ਵੀ ਸ਼ੁਰੂ ਕਰ ਦਿੱਤਾ ਮੈਂ ਆਪਣੇ ਦਿਲ ਵਿੱਚ ਇਹ ਪੱਕਾ ਧਾਰ ਲਿਆ ਸੀ ਕੀ ਕੁੜੀ ਮੈਨੂੰ ਮਾਂ ਕਹਿੰਦੀ ਐ ਮੈਂ ਇਸ ਨੂੰ ਮਾਂ ਬਣ ਕੇ ਦਿਖਾਉਣਾ ਹੈ ਸਾਲ ਬਾਅਦ ਸੀਰਤ ਦਾ ਮੇਜਰ ਨਾਲ ਕਾਨੂੰਨੀ ਤੌਰ ਤੇ ਤਲਾਕ ਹੋ ਗਿਆ ਸੀਰਤ ਦੇ ਮਾਪੇ ਦਾ ਕੀ ਪ੍ਰਤੀਕਰਮ ਸੀ ਮੇਰੇ ਦਿਮਾਗ ਵਿੱਚ ਇਹ ਸਵਾਲ ਖੌਰੂ ਪਾ ਰਿਹਾ ਸੀ ਮੈਂ ਪੁੱਛ ਹੀ ਲਿਆ ਪਰਮ ਥੋੜਾ ਜਿਹਾ ਮੁਸਕੁਰਾਈ ਤੇ ਕਹਿਣ ਲੱਗੀ ਪੰਜਾਬੀਆਂ ਨੂੰ ਧੀਆਂ ਨਾਲ ਕੀ ਮਤਲਬ ਉਹਨਾਂ ਨੂੰ ਤਾਂ ਪੋਤਾਂ ਦੇ ਭਵਿੱਖ ਦੀ ਚਿੰਤਾ ਹੁੰਦੀ ਆ ਉਹ ਤਾਂ ਇੱਕੋ ਗੱਲ ਕਹੀ ਜਾਣ ਕੀ ਸਾਡਾ ਅਪਲਾਈ ਕਰਵਾ ਦੇ ਸਾਡੇ ਨਾਲ ਸਾਡਾ ਮੁੰਡਾ ਜਾਨੀ ਸੀਰਤ ਦਾ ਭਰਾ ਵੀ ਕੈਨੇਡਾ ਆ ਜਾਵੇਗਾ ਉਹਨਾਂ ਦਾ ਬੋਝ ਲੈ ਜਾਵੇਗਾ ਤੇ ਹਾਂ ਸੱਚ ਸੀਰਤ ਦੀ ਚਾਚੀ ਤੇ ਸੀਰਤ ਦੇ ਮਾਪਿਓ ਦੀ ਅਣਬਣ ਹੋ ਗਈ ਹੋਣੀ ਵੀ ਚਾਹੀਦੀ ਸੀ ਮਾਪੇ ਭਾਵੇਂ ਜਿਵੇਂ ਮਰਜੀ ਹੋਣ ਪਰ ਕੋਈ ਨਹੀਂ ਚਾਹੁੰਦਾ ਕਿ ਉਹਨਾਂ ਦੇ ਧੀ ਪੁੱਤ ਨਾਲ ਕੋਈ ਮਾੜਾ ਸ਼ਲੋਕ ਕਰੇ ਹੁਣ ਤਾਂ ਉਹਦੇ ਮਾਪੇ ਮੇਰਾ ਧੰਨਵਾਦ ਕਰਦੇ ਨਹੀਂ ਥੱਕਦੇ ਕਹਿੰਦੇ ਤੂੰ ਸਾਡੀ ਕੁੜੀ ਦੀ ਜ਼ਿੰਦਗੀ ਬਚਾ ਲਈ ਚੱਲ ਸਮਝ ਆ ਗਈ ਭਾਵੇਂ देर ਨਾਲ ਆਈ ਮੈਂ ਕਿਹਾ ਪਰਮ ਨੇ ਖਾਣੇ ਵਾਲੀ ਪਲੇਟ ਪਰੇ ਕਰਦਿਆਂ ਫਿਰ ਆਖਣਾ ਸ਼ੁਰੂ ਕੀਤਾ ਅਪਲਾਈ ਕਰਨ ਲਈ ਇਨਕਮ ਦਾ ਹੋਣਾ ਬਹੁਤ ਜ਼ਰੂਰੀ ਸੀ ਇਸ ਲਈ ਮੈਂ ਆਪਣਾ ਘਰ ਸੀਰਤ ਦੇ ਨਾਮ ਕਰਵਾ ਦਿੱਤਾ ਨਾਲ ਆਪਣੀ ਗਾਰੰਟੀ ਪਾ ਕੇ ਸੀਰਤ ਦੇ ਮਾਪੇ ਤੇ ਭਰਾ ਦਾ ਵੀ ਅਪਲਾਈ ਕਰਵਾ ਦਿੱਤਾ ਦੋ ਸਾਲਾਂ ਵਿੱਚ ਉਹਨਾਂ ਦਾ ਕੰਮ ਬਣ ਗਿਆ ਉਹਨਾਂ ਨੂੰ ਬੇਸਮੈਂਟ ਕਿਰਾਏ ਤੇ ਲੈ ਕੇ ਦੇ ਦਿੱਤੀ। ਸੀਰਤ ਹੁਣ ਉਹਨਾਂ ਨਾਲ ਹੀ ਰਹਿਣ ਲੱਗ ਪਈ। ਪਰ ਜ਼ਿਆਦਾਤਰ ਉਹ ਮੇਰੇ ਕੋਲ ਹੀ ਹੁੰਦੀ ਹੈ। ਮੈਂ ਸੀਰਤ ਬਾਰੇ ਸੋਚਦੀ ਰਹਿਣੀ ਆ ਕਿ ਜੇ ਕੋਈ ਚੰਗਾ ਮੁੰਡਾ ਮਿਲ ਜਾਵੇ ਤਾਂ ਸੀਰਤ ਦਾ ਵਿਆਹ ਕਰ ਦੇਵਾਂ। ਬੈਰਾ ਬਿੱਲ ਆ ਕੇ ਆ ਚੁੱਕਿਆ ਸੀ। ਅਸੀਂ ਬਿੱਲ ਦੇ ਕੇ ਕਾਰ ਵਿੱਚ ਜਾ ਬੈਠੀਆਂ। ਜਿਵੇਂ ਅਸੀਂ ਪਾਰਕਿੰਗ ਲੋਟ ਤੋਂ ਬਾਹਰ ਨਿਕਲੀਆਂ ਪਰਮ ਨੇ ਫੇਰ ਦੱਸਣਾ ਸ਼ੁਰੂ ਕੀਤਾ। ਇੱਕ ਦਿਨ ਮੈਂ ਸੀਰਤ ਨੂੰ ਕੋਲ ਬਿਠਾ ਕੇ ਬੜੇ ਪਿਆਰ ਨਾਲ ਪੁੱਛਿਆ ਤੇਰਾ ਕੀ ਖਿਆਲ ਆ ਪੁੱਤ ਆਪਾਂ ਇੰਡੀਆ ਰਾਜਵਿੰਦਰ ਨਾਲ ਗੱਲ ਕਰਕੇ ਦੇਖੀਏ ਮੈਂ ਇਧਰੋਂ ਉਧਰੋਂ ਪਤਾ ਕਰ ਲਿਆ ਸੀ ਕਿ ਰਾਜਵਿੰਦਰ ਨੇ ਹਜੇ ਵਿਆਹ ਨਹੀਂ ਸੀ ਕਰਵਾਇਆ ਉਹਦੇ ਦਿਲ ਵਿੱਚ ਹਜੇ ਵੀ ਸੀਰਤ ਸਮਾਈ ਹੋਈ ਸੀ ਸ਼ਾਇਦ ਉਹ ਸੀਰਤ ਦੀ ਉਡੀਕ ਕਰ ਰਿਹਾ ਸੀ ਸੀਰਤ ਦੇ ਚਿਹਰੇ ਤੇ ਤਾਂ ਖੇੜਾ ਆ ਗਿਆ ਮੈਂ ਸਮਝ ਗਈ ਕੀ ਰਾਜਵਿੰਦਰ ਦੀ ਤਰ੍ਹਾਂ ਉਹਨੂੰ ਵੀ ਆਪਣੇ ਮਨ ਦਾ ਮੀਤ ਸਮਝੀ ਬੈਠੀ ਆ। ਸੋ ਮੈਂ ਸੀਰਤ ਦੇ ਮਾਪੇ ਨਾਲ ਗੱਲਬਾਤ ਕੀਤੀ। ਉਹ ਮੰਨ ਤਾਂ ਗਏ ਨਾ ਨਾ ਕਰਦਿਆਂ ਹੋਇਆ। ਇਹੀ ਆਖੀ ਜਾਣ ਕਿ ਮੁੰਡਾ ਮਿਸਤਰੀਆਂ ਦਾ ਹੈ। ਹੋਰ ਤਾਂ ਕੋਈ ਮਾੜੀ ਗੱਲ ਨਹੀਂ। ਖੈਰ ਅੰਤ ਨੂੰ ਮੰਨ ਗਏ। ਜੇ ਨਾ ਵੀ ਮੰਨਦੇ ਤਾਂ ਵੀ ਮੈਂ ਸੀਰਤ ਲਈ ਉਹਦੀ ਮਾਂ ਬਣ ਕੇ ਉਹਦੇ ਨਾਲ ਖੜ ਜਾਣਾ ਸੀ। ਹੁਣ ਹੋਰ ਵੀ ਜ਼ਿਆਦਾ ਮੁਸ਼ਕਿਲ ਸੀ। ਸੀਰਤ ਦਾ ਪਹਿਲਾਂ ਦੋ ਵਾਰ ਤਲਾਕ ਹੋ ਚੁੱਕੇ ਸੀ। ਜੇ ਇੰਡੀਆ ਜਾ ਕੇ ਵਿਆਹ ਕਰਕੇ ਅਪਲਾਈ ਕਰਦੇ ਤਾਂ ਚੱਕਰ ਪੈ ਜਾਣਾ ਸੀ ਇਸ ਲਈ ਰਾਜਵਿੰਦਰ ਨੂੰ ਵਰਕ ਪਰਮਿਟ ਤੇ ਇੱਥੇ ਬੁਲਾਇਆ ਔਨਸਾ ਰੋਤਾ ਤੇ ਸੀਰਤ ਨਾਲ ਸਾਦਾ ਜਿਹਾ ਵਿਆਹ ਕਰ ਦਿੱਤਾ ਜੋ ਵੀ ਮੇਥੋਂ ਸਰਿਆ ਮੈਂ ਸੀਰਤ ਨੂੰ ਦਿੱਤਾ ਜਿਹੜਾ ਘਰ ਮੈਂ ਸੀਰਤ ਦੇ ਨਾਮ ਕਰਵਾਇਆ ਸੀ ਉਹ ਉਸ ਕੋਲ ਹੀ ਰਹਿਣ ਦਿੱਤਾ ਤੇ ਆਪ ਛੋਟਾ ਜਿਹਾ ਅਪਾਰਟਮੈਂਟ ਲੈ ਲਿਆ ਅਮਰੀਕਾ ਵਸਦੀਆਂ ਦੋਨੇ ਕੁੜੀਆਂ ਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਮੰਮੀ ਸਾਡੇ ਕੋਲ ਸਭ ਕੁਝ ਹੈ ਅਸੀਂ ਸੈੱਟ ਹਾਂ ਤੁਸੀਂ ਸਿਰਤ ਦਾ ਖਿਆਲ ਰੱਖਿਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਘਰ ਸਿਰਤ ਦੇ ਨਾਮ ਕਰਵਾ ਦੇਵੋ ਸਾਨੂੰ ਕਿਸੇ ਵੀ ਕਿਸਮ ਦਾ ਕੋਈ ਇਤਰਾਜ਼ ਨਹੀਂ ਪਰਮ ਨੇ ਫੇਰ ਇੱਕ ਹੌਕਾ ਜਿਹਾ ਲਿਆ ਕੁਝ ਰੁਕੀ ਤੇ ਫੇਰ ਬੋਲੀ ਮੇਰੇ ਪਤੀ ਦੀ ਜਦੋਂ ਫੈਕਟਰੀ 'ਚ ਕੰਮ ਕਰਦਿਆਂ ਦੀ ਮੌਤ ਹੋਈ ਸੀ ਤਾਂ ਕੰਪਨੀ ਵੱਲੋਂ ਜੋ ਵੀ ਮਿਲਿਆ ਸੀ ਮੈਂ ਕਿਸੇ ਨਾ ਕਿਸੇ ਰੂਪ ਵਿੱਚ ਆਪਣੀਆਂ ਤਿੰਨੇ ਕੁੜੀਆਂ ਵਿੱਚ ਵੰਡ ਦਿੱਤਾ ਹੈ ਆਪਣੀਆਂ ਤਿੰਨਾਂ ਕੁੜੀਆਂ ਪ੍ਰਤੀ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਕੇ ਹੁਣ ਮੈਂ ਸੁਰਖਰੂ ਮਹਿਸੂਸ ਕਰਦੀ ਆ ਮੇਰਾ ਦਿਲ ਕੀਤਾ ਕਿ ਕੈਲਗਰੀ ਆਉਣ ਨੂੰ ਕਿ ਚਲੋ ਕੁਝ ਦਿਨ ਤਾਂ ਤੁਰ ਫਿਰ ਕੇ ਆਉਨੇ ਆ ਛੁੱਟੀਆਂ ਮਨਾ ਕੇ ਆਉਂਦੇ ਹਾਂ ਸੀਰਤ ਤੇ ਰਾਜਵਿੰਦਰ ਮੇਰੇ ਨਾਲ ਤਿਆਰ ਹੋ ਗਏ ਸੀ ਆਉਣ ਨੂੰ ਐਨੇ ਨੂੰ ਪਰਮ ਦੇ ਰਿਸ਼ਤੇਦਾਰਾਂ ਦਾ ਘਰ ਆ ਗਿਆ ਮੈਂ ਕਾਰ ਘਰ ਦੇ ਬਿਲਕੁਲ ਸਾਹਮਣੇ پارک ਕਰ ਲਈ ਸੀਰਤ ਤੇ ਰਾਜਵਿੰਦਰ ਘਰ ਦੇ ਲੌਨ ਵਿੱਚ ਖੜੇ ਆਪਣੀ ਪਿਆਰੀ ਮਾਂ ਦੀ ਉਡੀਕ ਕਰ ਰਹੇ ਸਨ ਸੱਚਮੁੱਚ ਅੱਜ ਮੇਰੀ ਸਹੇਲੀ ਪਰਮ ਦਾ ਕਦ ਮੈਨੂੰ ਬਹੁਤ ਉੱਚਾ ਲੱਗ ਰਿਹਾ ਸੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਵਧੀਆ ਲੱਗੀ ਹੋਵੇਗੀ ਜੀ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਾਕ ਕਾਪਣਾ ਤੇ ਆਪਣੇਆਂ ਦਾ ਖਿਆਲ ਰੱਖਿਓ ਜੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਜੇ ਤੁਹਾਨੂੰ ਕਹਾਣੀਆਂ ਵਧੀਆ ਲੱਗਦੀਆਂ ਨੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ